ਹੇ ਮਾਂ ਟੁੱਬੀ ਖਾਲੇ ਚ ਧੋ ਲੋ ਆਪਾਂ ਕਿਹੜਾ ਕੋਈ ਕਤਲ ਕਰਨ ਵਾਲੇ ਆ ਜਾਣਦੇ ਚਾਚੇ ਕੀੜੂ ਦੇ ਕੋਲ ਤੋਂ ਇੱਕ ਮਿੰਟ ਹੈ ਵੇ ਇੱਕ ਮਿੰਟ ਬਾਸੀ ਇੱਧਰ ਤੁਸੀਂ ਆ ਡੇਰਾ ਵੀ ਇੱਕ ਮੱਠਾ ਜਿਹਾ ਨਾ ਨਾਲ ਸੂਰਤੇ ਹਾਂ ਅਤੇ ਉਹ ਬੰਦੇ ਸਿਆਣੇ ਬੈਠੇ ਪਬਲਿਕ ਬੈਠੀ ਹੈ ਅਤੇ ਇੱਧਰ ਮਾਸ਼ਾਅੱਲਾ ਨੇ ਸ਼ੌਕ ਕਬੂਤਰਾਂ ਦਾ ਵੀ ਰੱਖਿਆ ਵਾ ਚੱਲ ਵਾਹ ਉਹ ਭਾਈ ਨੇ ਬਸ ਹੀ ਤੇਰੇ ਮਾਰ ਬਾਈ ਮਾਰ ਟੁੱਬੀ ਖੂਬਸੂਰਤ ਮਾਰ ਇੱਧਰ ਹੈ ਜੀ ਕਿਤੇ ਪਾਣੀ ਨਾ ਵਿੱਚ ਵੜ ਜਾਵੇ ਗਿਆ ਗਿਆ
ਤੁਸੀਂ ਪਹਿਲਾਂ ਉਹ ਬੰਨੇ ਨਿਕਲਣਾ ਹੀ ਦਿਓ ਨਾ, ਉੱਠੀ ਮਾਰਨ ਦਾ ਸਵਾਲ ਨਾ ਬੈਠੇ ਚਾੜ ਬਾਂਸ ਲੱਗਾ ਥੱਲੇ ਤਲਾਬ ਹੈ ਟਾਇਲਟ ਵਗੈਰਾ ਵਾਸਤੇ ਟੋਕਾ ਅਤੇ ਸਿਸਟਮ ਬੜਾ ਬੜਾ ਜਿਹੜਾ ਘਰ ਹੈ ਕੱਚੀ ਡਾਲੀ ਹੈ ਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਹੈ ਜੀ ਹੋਰ ਸਿਹਤਾਂ ਵਗੈਰਾ ਠੀਕ ਹੈ ਘੋੜਾ ਬੰਨਿਆ ਵਾ ਦਰਬਾਰ ਬੋਲ ਭਾਈ ਹੁਣੀ ਪਾਣੀ ਭਰ ਦੇ ਅਸਲਾਮ ਵਾਲੇਕੁਮ ਕੀ ਹਾਲ ਚਾਲ ਹੈ ਬਈਆਨ ਕਿੱਦਾਂ ਠੀਕ ਹੋ ਸਿਹਤ ਵੀ ਹੈ ਅੱਲਾਹ ਤਾਲਾ ਸਲਾਮਤ ਰੱਖੇ ਮਾਸ਼ਾ ਅੱਲਾਹ ਆਇਆ ਤਾਂ ਲਾਗੋ ਹੋਇਆ ਜੀ
ਬੈਠੋ ਇੱਥੇ ਛਾਵੇਂ ਤੁਸੀਂ, ਫੜਾ ਦਿਓ ਕਈ ਮੌਲਵੀ ਨੂੰ ਮੌਲਵੀ। ਤੈਨੂੰ ਵੇਖ ਕੇ ਵੀਰੇ ਗੱਲ ਯਾਦ ਆਈ ਮੈਨੂੰ, ਉਹ ਕਹਿੰਦੇ ਅੰਮੀ ਪਿੰਡ ਦਾ ਨਾ ਨੰਬਰਦਾਰ ਬਣ ਗਿਆ ਤੇ ਹੁਣ ਗਾਹ ਨੰਬਰਦਾਰ ਕੌਣ ਬਣੂ ਬਾਈ, ਗੱਲ ਸੁਣੀ ਤੇ ਉਹ ਕਹਿੰਦੀ ਪੋਤਰਾ ਗਾਹ ਮੁੰਡਾ ਬਣੂ, ਕਹਿੰਦਾ ਅੰਮੀ ਜੀ ਉਹ ਵੀ ਮਰ ਗਿਆ, ਕਹਿੰਦੀ ਗਾਹ ਉਹਦੀ ਲਾਦ ਬਣੂ, ਕਹਿੰਦਾ ਅੰਮੀ ਜੀ ਉਹ ਵੀ ਬਣ ਗਿਆ, ਕਹਿੰਦੀ ਪੁੱਤ ਤੂੰ ਜਿੰਨੀ ਦੇਰ ਮਰਜ਼ੀ ਲਾ ਲਾ ਤੂੰ ਨਹੀਂ ਨੰਬਰਦਾਰ ਬਣ ਸਕਦਾ, ਨੰਬਰਦਾਰਾਂ ਦੇ ਪੋਤੀ ਨੰਬਰਦਾਰ ਬਣਦੇ ਆ, ਪਰ ਇੱਥੇ ਆਹ ਸਾਡੇ ਪਿੰਡ ਦੇ ਨੰਬਰਦਾਰ ਅਤੇ ਮਾਸ਼ਾਅੱਲਾ ਡੰਗਰਾਂ ਪਿੱਛੇ ਜਲੀਲ ਹੋ ਰਹੇ ਆ ਅਤੇ ਦਿਸ ਇਜ਼ ਮਾਈ ਵਿਲੇਜ ਆਫ ਨੰਬਰਦਾਰ ਸਾਹਿਬ। ਸਾਵਲ ਗੁੱਜਰ ਹੋਰ ਸੁਣਾਓ ਕੀ ਹਾਲ ਹੈ ਤੇ ਸਰ ਡੰਗਰਾਂ ਪਿੱਛੇ ਕਿਉਂ ਜਲੀਲ ਹੋ ਰਿਹਾ, ਕੀ ਵਜ੍ਹਾ ਕੀ ਬਣੀ ਹੈ? ਮਿੱਤਰੋ ਇੱਕ ਵਾਰੀ ਪਹਿਲਾਂ ਵੀ ਅਸੀਂ ਇਹ ਸਾਡੇ ਪਿੰਡ ਦੇ ਤੁਸੀਂ ਨੰਬਰਦਾਰ ਦਾ ਹਾਲ ਵੇਖ ਲਓ ਕੀ ਹਾਲ ਹੋਇਆ ਵਾ, ਉੱਠੀ ਖੇਤਾਂ ਦੇ ਵਿੱਚ ਭਾਈ ਸਰ ਮੁੰਜੀ ਪੱਕ ਗਈ ਹੈ ਬਾਬਾ ਜੀ, ਇਹਨੇ ਲੈਣੇ ਆ ਜੀ ਸਿਰਫ ਇੱਕ ਜਾਂ ਦੋ ਦਿਨ। ਤੁਹਾਡੇ ਹਿਸਾਬ ਨਾਲ ਕਿੰਨੇ ਦਿਨ ਲੈਣੇ ਇਹਨਾਂ ਜੀ? ਮੈਨੂੰ ਨਹੀਂ ਲੱਗਦਾ ਦੋ ਦਿਨ ਵੀ ਲਵੇ, ਪੱਕੀ ਵੀ ਬਿਲਕੁਲ। ਐਕਸਕਿਊਜ਼ ਮੀ, ਇੱਧਰ ਵੇਖੋ, ਇੱਧਰ ਆ ਦੋ ਮੁੰਡੇ ਵਿਚਾਰੇ ਖੋਤੀ ਘੇਰੀ ਖਲੋਤੇ ਆ, ਹੱਲ ਇਹਨਾਂ ਕੋਲ ਇੱਕ ਖੋਤੀ ਕਾਬੂ ਨਹੀਂ ਆਉਂਦੀ ਉਹਨੂੰ, ਇੱਥੋਂ ਹਵਾ ਜਿਹੜੀ ਹੈ ਨਾ ਇੱਥੇ ਬਹੁਤ ਠੰਡੀ ਚੱਲ ਰਹੀ ਹੈ, ਤੁਸੀਂ ਇੰਨੇ ਮਰੂਦ ਖਾ ਲਓਗੇ ਪਹਿਲਾਂ ਮੈਨੂੰ ਇਹ ਗੱਲ ਦੱਸੋ, ਹੈਂ ਕਿੱਥੇ ਲੱਗੇ ਬੂਟੇ? ਤੇਰਾ ਨਾਂ ਕੀ ਹੈ ਬਾਈ? ਨੀਸ ਬਾਈ ਤੇਰਾ ਨਾਂ? ਹਮਦ। ਇੱਧਰ ਨੂੰ ਲਿਆ ਇਹਦੇ ਪੱਠੇ ਖਾ ਲਾ ਪਿਆ, ਕਿਹੜਾ ਹੁਣ ਤਾਂ ਸੱਤ ਵੱਜਣ ਵਾਲੇ ਫਿਰਦੇ ਹੋਣੇ, ਬਾਰੀ ਦਾ ਖਿਆਲ ਕਰਿਆ ਕਰੋ, ਪੌਣੇ ਸੱਤ ਹੋ ਗਏ।